ਆ ਜਾਓ ਇੱਥੇ ਆ ਰਹੇ ਨੇ ਕੋਰੋਨਾ ਪੋਜ਼ਿਟਿਵ ਉਹ ਬੜੇ ਸੀਰੀਅਸ ਪੇਸ਼ੈਂਟ ਜਿਹੜੇ ਹਸਪਤਾਲ ਹੁੰਦਾ ਤੋਂ ਰੈਫਰ ਹੋ ਕੇ ਆ ਰਹੇ ਲੈਵਲ ਇਹਦੇ ਦੇ ਪੇਸ਼ੈਂਟ ਆ ਰਹੇ ਨੇ ਆਪਣੇ ਉਹਨਾਂ ਦਾ ਸਰਟੀਫਿਕੇਟ ਇਹ ਕਿਹਾ ਸੀ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਕਿ ਸਰਕਾਰ ਹੁਣ ਪ੍ਰਬੰਧ ਕਰ ਰਹੀ ਹੈ ਇਹਦਾ ਮਤਲਬ ਕੋਈ ਪ੍ਰਬੰਧ ਪਹਿਲਾਂ ਹੈ ਨਹੀਂ ਪ੍ਰਬੰਧ ਪਹਿਲਾਂ ਆ ਰਹੇ ਨਹੀਂ ਹੈਗੇ ਤੇ ਇੰਨੇ ਪੇਸ਼ੈਂਟ ਅਸੀਂ ਸੰਭਾਲ ਕੇ ਬੈਠੇ ਹਾਂ ਸਾਡੇ ਕੋਲ ਆ ਰਹੇ ਨਹੀਂ ਅੱਜ ਤੱਕ ਜਿਹੜੇ ਪ੍ਰਬੰਧ ਨੇ ਬਿਲਕੁਲ ਸਾਡੇ ਹੋਸਪਿਟਲਾਂ 'ਚ ਪੰਜਾਬ ਸਰਕਾਰ ਨੇ CM ਸਾਹਿਬ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਸੀ ਅਤੇ ਅਸੀਂ ਇਹਦੇ ਨਾਲ ਨਜਿੱਠ ਲਏ ਲੜਾਈ ਲੜ ਰਹੇ ਹਾਂ ਕਰੋਨਾ ਦੀ ਹਜੇ ਤੱਕ ਜਿਹੜੇ ਨੇ ਉਹ ਸਾਡੇ ਕੋਲ ਬੈੱਡ ਹੈਗੇ ਨੇ ਹੁਣ ਜਿਹੜੇ ਪੇਸ਼ੈਂਟ ਵਧਣ ਨਾਲ ਸਾਨੂੰ ਬੈੱਡ ਹੋਰ ਇਨਕਰੀਜ਼ ਕਰਨੇ ਪੈ ਰਹੇ ਨੇ ਸਰਕਾਰ ਪੂਰਾ ਧਿਆਨ ਕਰੋਨਾ ਦੀ ਲੜਾਈ 'ਚ ਲਾ ਰਹੀ ਹੈ CM ਸਾਹਿਬ ਆਪ ਤੀਜੇ ਦਿਨ ਬਾਅਦ ਰਿਵਿਊ ਮੀਟਿੰਗ ਕਰਦੇ ਨੇ ਕਰੋਨਾ ਦੀ ਸੋ ਹਜੇ ਤੱਕ ਸਾਡੇ ਪ੍ਰਬੰਧਾਂ 'ਚ ਕੋਈ ਕਮੀ ਪੇਸ਼ੀ ਨਹੀਂ ਵੇਖੋ ਇਹ ਇਕੱਲਾ ਪੰਜਾਬ ਹੀ ਨਹੀਂ ਸਾਰੇ ਦੇਸ਼ 'ਚ ਹੀ ਕਰੋਨਾ ਦੇ ਕੇਸ ਜਿਹੜੇ ਨੇ ਤੁਸੀਂ ਅਖਬਾਰਾਂ ਪੜ੍ਹਦੇ ਹੋ ਤੁਸੀਂ ਇਲੈਕਟ੍ਰੋਨਿਕ ਮੀਡੀਆ ਵੇਖਦੇ ਹੋ ਕਿੰਨੇ ਕੇਸ ਡੇਲੀ ਵੱਧ ਰਹੇ ਨੇ ਕਰੋਨਾ ਦੇ ਸੋ ਉਹਦੇ ਵਾਸਤੇ ਅਰੇਂਜਮੈਂਟ ਵੀ ਜਿਹੜਾ ਉਹ ਬਹੁਤ ਜ਼ਰੂਰੀ ਆ ਸਰਕਾਰਾਂ ਵੱਲੋਂ ਹੁੰਦਾ ਸਰਕਾਰਾਂ ਕਰ ਰਹੀਆਂ ਸਾਡੀ ਸਰਕਾਰ ਅਰੇਂਜਮੈਂਟ ਵੱਲੋਂ ਕਿਸੇ ਸਟੇਟ ਨਾਲ ਪਿੱਛੇ ਨਹੀਂ ਸੋ ਅਜੇ ਤੱਕ ਸਾਰਾ ਸਾਡਾ ਸਿਸਟਮ ਠੀਕ ਚੱਲ ਰਿਹਾ ਪ੍ਰਾਈਵੇਟ ਹੋਸਪਿਟਲ ਵੀ ਲੋੜ ਹੈ ਪੇਸ਼ੈਂਟ ਬਹੁਤ ਜ਼ਿਆਦਾ ਹੁਣ ਜਿਹੜੇ ਲੈਵਲ 3 ਦੇ ਨੇ ਉੱਥੋਂ ਪ੍ਰਾਈਵੇਟ ਹੋਸਪਿਟਲਾਂ 'ਚ ਵੀ ਸਾਡੇ ਕੋਲ ਰੈਫਰ ਹੋ ਕੇ ਆ ਰਹੇ ਨੇ ਸੋ ਗੱਲ ਹੈ ਸਰਕਾਰ ਦੀ ਤਾਂ ਜ਼ਿੰਮੇਵਾਰੀ ਹੈ ਨਾ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਕਿਸੇ ਨੂੰ ਅਜੇ ਤੱਕ ਜਿੰਨਾ ਚਿਰ ਸਾਡੇ ਕੋਲ ਪੂਰੇ ਅਰੇਂਜਮੈਂਟ 'ਤੇ ਅਸੀਂ ਪੇਸ਼ੈਂਟ ਲੈਣੋਂ ਮਨਾ ਨਹੀਂ ਕਰ ਰਹੇ ਚਾਹੇ ਦੂਜੀਆਂ ਸਟੇਟਾਂ ਤੋਂ ਵੀ ਆ ਰਹੇ ਨੇ ਸਾਡੇ ਉਹ ਸਰਕਾਰ ਲੈਵਲ 'ਤੇ ਕਮੇਟੀ ਬਣੀ ਆ ਉਹ ਸਾਰਾ ਵੇਖ ਰਹੇ ਨੇ ਇਹ ਹੈਲਥ ਡਿਪਾਰਟਮੈਂਟ ਵੇਖ ਰਿਹਾ ਸਾਡੇ ਮਨਿਸਟਰ ਸਿੱਧੂ ਜੀ ਬੜੀ ਮਿਹਨਤ ਕਰ ਰਹੇ ਨੇ ਹੈਲਥ ਡਿਪਾਰਟਮੈਂਟ ਵੇਖ ਰਿਹਾ ਸੋ ਪਿੱਛੇ ਸਾਡੀ ਕੈਬਨਿਟ 'ਚ ਵੀ ਗੱਲ ਹੋਈ ਆ ਕੋਈ ਫਿਕਰ ਨਾ ਕਰੋ ਅਸੀਂ ਚਾਰ ਮਹੀਨੇ ਸਰਕਾਰ ਦਾ ਧਿਆਨ ਹਾਂ ਹਾਂ ਉਹ ਵੀ ਅੱਜ ਕਹਿਤਾ ਸਾਰੇ ਚਾਲੂ ਹੋਣਗੇ ਕੰਟਰੋਲ ਰੂਮ 'ਚ ਸਕਰੀਨ ਜਿਹੜੀ ਆ ਉਹ ਲੱਗੇਗੀ ਜਿੱਥੇ ਕੋਈ ਨੂੰ ਵੇਖਣਾ ਚਾਹੇ ਆਪਣੇ ਪੇਸ਼ੈਂਟ ਨੂੰ ਕੰਟਰੋਲ ਰੂਮ 'ਚ ਜਾ ਕੇ ਉਹ ਵੇਖ ਸਕਦੇ ਨੇ ਕੋਈ ਗੱਲ ਨਹੀਂ ਉਹਦੀ ਵੀ ਗੱਲ ਹੋਈ ਆ ਸਾਡੇ ਮੇਅਰ ਸਾਹਿਬ ਨੇ ਕੀ ਆ ਗੱਲ ਰੱਖੀ ਆ ਅਤੇ ਉਹ ਵੀ ਅਸੀਂ ਸਰਕਾਰ ਲੈਵਲ 'ਤੇ ਜਾ ਕੇ ਕਰ ਰਹੇ ਹਾਂ ਕਿ ਉਹਨਾਂ ਦੇ ਜਿਹੜੇ ਪੈਸੇ ਨੇ ਕਿਉਂਕਿ ਅਸੀਂ ਪੈਸੇ ਦੇ ਰਹੇ ਹਾਂ DC ਰੇਟ 'ਤੇ DC ਰੇਟ ਜਿਹੜਾ ਫਿਕਸ ਹੁੰਦਾ ਸਰਕਾਰਾਂ ਵੱਲੋਂ ਉਹਦੇ ਮੁਤਾਬਕ ਅਸੀਂ ਪਤਾ ਨਹੀਂ 8,000 ਕਿ 8,800 ਉਹਨਾਂ ਨੂੰ ਦੇ ਰਹੇ ਹਾਂ ਪਰ ਮਜਬੂਰੀ ਆ ਥੋੜ੍ਹੀ ਉਹ ਵੀ ਕਹਿ ਰਹੇ ਨੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਉਹ ਉੱਪਰ ਸਰਕਾਰ ਲੈਵਲ 'ਤੇ ਅਸੀਂ ਗੱਲ ਕਰਕੇ ਇਹਨਾਂ ਦੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਜਵਾਬ ਦੇਣਾ ਤੁਸੀਂ ਇਹ ਸਵਾਲ ਕੀਤਾ ਵੀ ਡੈਥ ਰੇਟ ਪਟਿਆਲੇ ਜ਼ਿਆਦਾ ਤੁਸੀਂ ਉੱਥੇ ਸਾਡੇ ਕੋਲ 200 ਅੰਮ੍ਰਿਤਸਰ 290 ਸਾਡੇ ਕੋਲ ਪੇਸ਼ੈਂਟ ਕਰੋਨਾ ਪੇਸ਼ੈਂਟ ਜਿਹੜੇ 90% ਜਿਹੜੇ ਨੇ ਲੈਵਲ 3 ਦੇ ਨੇ ਫਰੀਦਕੋਟ ਸਾਡੇ ਕੋਲ 280 ਦੇ ਕਰੀਬ ਨੇ ਪਟਿਆਲੇ ਜਿਹੜੇ ਨੇ ਸਾਡੇ ਕੋਲ 380 ਦੇ ਕਰੀਬ ਨੇ ਪਟਿਆਲੇ ਜਿਹੜੇ ਪੇਸ਼ੈਂਟ ਬਾਹਰਲੀਆਂ ਸਟੇਟਾਂ 'ਚੋਂ ਆ ਰਹੇ ਨੇ ਹਰਿਆਣੇ 'ਚੋਂ ਆ ਰਹੇ ਨੇ ਦਿੱਲੀਓਂ ਆ ਰਹੇ ਨੇ ਰਾਜਸਥਾਨ 'ਚੋਂ ਆ ਰਹੇ ਨੇ ਪਟਿਆਲੇ ਸਾਡੇ ਕੋਲ ਪੇਸ਼ੈਂਟ ਜ਼ਿਆਦਾ ਉਸ ਕਰਕੇ ਡੈਥ ਰੇਟ ਜਿਹੜਾ ਪਟਿਆਲੇ ਦਾ ਥੋੜ੍ਹਾ ਜ਼ਿਆਦਾ
तो जे दूजे हॉस्पिटलों की गल करिए 19 डेथ्स हुई ने साडे अमृतसर पर एडिया ही साड़िया फरीदकोट हुई उत्ते पौने 300 के करीब पेशेंट ने इतने जो 400 के करीब साढ़े को पेशेंट ने जिन्हें पेशेंट जिते ज़्यादा उत्थे डैथ रेट भी उस गिनती के हिसाब से ज़्यादा होगा इस करके इतने 30 के करीब कल डैथ हुई ने इतने पेशेंट ज़्यादा हो करके डैथ ज़्यादा देखो अभी ना ही उन्ना रख रहे हैं उत्तर ज़्यादा रख रहे हैं स्टाफ कोई सरकार वालों हर तरह की इन्हों अपरूवल प्रवानगी दी गई है कि जो भी चाहिए तुम लै लो साढ़े अफसर बहुत मेहनत कर रहे हैं साढ़े डॉक्टर मेहनत कर रहे हैं मैडम बैठे आई एस अफसर तुम पुछो रात कि सुनते हैं सारे अफसर जवान सारे अपना फर्ज समझ के लगे है सारी सरकार लगी है किसी तरह की कोई कताई नहीं किसी तरह की कोई ढिल नहीं तो अभी आप देख रहे हैं किन्ने चक्कर मैं पटियाले भी ला चुका है दो दिन पहलों या थोड़ा जा रौला पिया इतने पटियाले तो मैं उस वे आ गया तो ये नहीं गल भी असं बैठे नहीं जाते अभी जा देखो असं ये गल कही डॉक्टर थैंक्स करना चाहिए जी अपनी जान की परवाह ना करते हुए स्टाफ भी सारा कुछ सामभ रहा मैनू मैं डर मैं जाना मैं हर साल जाना जो मैं इतने ताटू मिल रहा तुम वेखो कोई पता नहीं ताटी चो जब मेरे चो कि पहुंचते हुए अभी जो अपनी जिम्मेदारी समझ के जा रहे हैं ना फिर इतने आए हैं कद नहीं आए हैं इसे काम नहीं आए हैं थोड़ा जरा तुम्हें भी इस लड़ाई से साथ दो एक जेड़े ना गल जड़िया ने ना तुम सारे रल के सारे तुम लगे हो मैं नहीं कहता तुम नहीं लगे पर थोड़ा जहा नि गल जो असं उपर उठीए